श्रोमणी अकाली दल दे वल्लों अमृतसर च अलग अलग जगह ते कीता गया रोष प्रदर्शन। मोटरसाइकिल ते ग्लूकोज ला के वधदे तेल दीआं कीमतां ते घेरी केंद्र सरकार, अते इस दे नाल ही लोकां ने हथ च नीले कार्ड फड के कांग्रेस खिलाफ कीती नारेबाजी। ਅਸੀਂ ਇਹ ਕਹਿਣਾ ਚਾਹੁੰਦੇ ਕਿ ਸਾਡਾ ਜਿਉਂ ਤੋਂ ਕਾਟ ਬਣਿਆ ਉਦੋਂ ਦਾ ਕੱਟਿਆ ਵਾ, ਸਾਨੂੰ ਰਾਸ਼ਨ ਮਿਲਣਾ ਚਾਹੀਦਾ ਵਾ। ਸਭ ਖਾਂਦੇ ਦੂਸਰਿਆਂ ਨੂੰ ਕਿਉਂ ਵੇਲੇ ਬਿਠਾਇਆ ਹੈ? 4 ਮਹੀਨਿਆਂ ਦਾ ਕੋਈ ਕੰਮ ਨਹੀਂ, ਕੋਈ ਧੰਦਾ ਨਹੀਂ, ਉੱਤੋਂ ਬਿੱਲ ਇਹਨਾਂ ਨਾ ਘੱਲਿਆ ਵਾ, ਕਿੱਥੋਂ ਧਾਰਨਾ ਦੱਸੋ ਹੈ? ਇਦਾਂ ਇਦਾਂ ਕਰਨਗੇ ਤੇ ਲੋਕ ਇਹਦੇ ਭੁੱਖੇ ਮਰ ਜਾਣਗੇ। ਅਕਾਲੀ ਦਲ ਪ੍ਰਵਾਸੀ ਵਿੰਗ ਦਾ ਪ੍ਰਧਾਨ ਆ, ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ पेट्रोल दी ते डीजल दी कीमतां वधाईआं ने, जिहदे करके साडीआं बाइकां नूं देख लो जिन्हां दा हाजमा खराब हो गया है, जिहदे करके अज्ज असीं उन्हां नूं ग्लूकोज लगवाए ने। ते मैं सरकार, पंजाब सरकार नूं ते सेंटर सरकार नूं मंग करदा हां कि साडे टैक्स दे विच्चों, पेट्रोल ते डीजल दे टैक्स दे विच्चों 10-10 रुपए ही छड्ड देण, तां कि पंजाब ते पंजाबीयत दे लोक सुख दा साह लै सकन। ਰੰਧਾਵਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਪੂਰਬੀ, ਅੱਜ ਜੋ ਅਸੀਂ ਇਹ ਧਰਨਾ ਲਾਇਆ ਆ ਪੰਜਾਬ, ਇਹ ਪੰਜਾਬ ਸਰਕਾਰ ਜੋ ਸੁੱਤੀ ਆ, ਜਿਹਨੇ ਨੀਲੇ ਕਾਰਡਾਂ ਦੇ ਵਿੱਚ ਜੋ ਲੋਕਾਂ ਦੀਆਂ, ਗਰੀਬ ਲੋਕਾਂ ਦੇ ਜਿਹੜੇ ਕੱਟਤੇ ਨੇ, ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹਨਾਂ ਨੂੰ ਗਰੀਬ ਲੋਕਾਂ ਨੂੰ ਫ੍ਰੀ ਰਾਸ਼ਨ ਵਾਸਤੇ ਦਿੱਤੇ ਸੀ, ਉਹਦੇ ਵਾਸਤੇ ਅੱਜ ਅਸੀਂ ਧਰਨਾ ਲਾਉਣ ਆਏ ਹਾਂ। ਔਰ ਜੋ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਡੀਜ਼ਲ ਔਰ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਵਧਾਈਆਂ ਆ, ਅਸੀਂ ਸਰਕਾਰਾਂ, ਦੋਵਾਂ ਸਰਕਾਰਾਂ ਕੋਲ, ਸੈਂਟਰ ਗੌਰਮੈਂਟ ਔਰ ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਇਹਨਾਂ ਦੇ 10-10 ਰੁਪਏ ਦੀ ਘੱਟੋ ਘੱਟ ਕਟੌਤੀ ਕੀਤੀ ਜਾਵੇ, ਤਾਂ ਕਿ ਜੋ ਗਰੀਬ ਲੋਕ ਆ ਉਸ ਮਹਿੰਗਾਈ ਦੀ ਮਾਰ ਤੋਂ ਇਹ ਬਚ ਸਕਣ। ਬਿਊਰੋ ਰਿਪੋਰਟ, ਲਾਈਵ ਭਾਰਤ।